ਸਾਰੇ ਕੰਮ ਹੀ ਠੱਪ ਕਰ ਦਿੱਤੇ ਨੇ। ਜਿੱਥੇ ਕਰੋਨਾ ਨੇ ਲੋਕਾਂ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਨੇ, ਉੱਥੇ ਹੁਣ ਸੈਲੀਬ੍ਰਿਟੀਜ਼ ਤੇ ਇਹ ਕਰੋਨਾ ਭਾਰੀ ਪੈਂਦਾ ਦਿਖਾਈ ਦੇ ਰਿਹਾ। ਜੀ ਹਾਂ, ਤੁਹਾਨੂੰ ਦੱਸ ਦਈਏ, ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿੰਗਰ ਅਤੇ ਐਕਟਰ ਰਣਜੀਤ ਬਾਵਾ ਦੀ ਰਿਸੈਪਸ਼ਨ ਪਾਰਟੀ ਤੇ ਹੁਣ ਕਰੋਨਾ ਭਾਰੀ ਪੈਂਦਾ ਦਿਖਾਈ ਦੇ ਰਿਹਾ। ਰਣਜੀਤ ਬਾਵਾ ਦੇ ਮੈਨੇਜਰ ਡਿਪਟੀ ਵੋਰਾ ਨੇ ਦੱਸਿਆ ਕਿ ਰਣਜੀਤ ਬਾਵਾ ਦੀ ਰਿਸੈਪਸ਼ਨ ਪਾਰਟੀ ਜੋ ਕਿ 25 ਮਾਰਚ ਨੂੰ ਹੋਣੀ ਸੀ ਤੇ ਹੁਣ ਕਰੋਨਾ ਵਾਇਰਸ ਦੇ ਕਰਕੇ ਰੱਦ ਕਰਕੇ ਮੁਲਤਵੀ ਕਰ ਦਿੱਤੀ ਗਈ ਹੈ। ਮੈਂ ਡਿਪਟੀ ਵੋਰਾ ਮੈਨੇਜਰ ਰਣਜੀਤ ਬਾਵਾ ਸਭ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਜੀ ਕਿ ਆਪੋ ਆਪਣੇ ਘਰਾਂ ਦੇ ਵਿੱਚ ਰਹੋ, ਪੰਜਾਬ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਇੰਸਟਰਕਸ਼ਨ ਨੂੰ ਫੋਲੋ ਕਰੋ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ, ਆਪਾਂ ਰਣਜੀਤ ਬਾਵਾ ਜੀ ਦੀ ਮੈਰਿਜ ਸੰਬੰਧ ਚ ਰਿਸੈਪਸ਼ਨ ਰੱਖੀ ਸੀ 25 ਮਾਰਚ ਹਵੇਲੀ ਹੈਰੀਟੇਜ ਚ, ਜੋ ਆਪਾਂ ਪੋਸਟਪੋਨ ਕਰਤੀ ਆ। ਇਸੇ ਤਰ੍ਹਾਂ ਮੈਂ ਸਭ ਨੂੰ ਬੇਨਤੀ ਕਰਦਾ ਜੀ ਕਿ ਤੁਸੀਂ ਵੀ ਜੇ ਕੋਈ ਜ਼ਰੂਰੀ ਕੰਮ ਨੇ ਤੇ ਉਹਨਾਂ ਨੂੰ ਪੋਸਟਪੋਨ ਕਰ ਦਿਓ ਬਿਕੋਜ਼ ਆਫ ਕਰੋਨਾ ਵਾਇਰਸ। ਤੇ ਘਰ ਦੇ ਅੰਦਰ ਰਹੋ, ਸਟੇ ਹੈਲਦੀ, ਸਟੇ ਪੋਜ਼ਿਟਿਵ। ਸੁਖੀ ਵਸੇ ਸਾਡਾ ਕੁਤਬ ਕਬੀਲਾ, ਮਿਹਰ ਕਰੋ ਮੇਰੇ ਸੁਖੀ ਵਸੇ। ਮਿਹਰ ਕਰੋ ਮੇਰੇ ਸੁਖੀ ਵਸੇ।